हे गाइज गुड इवनिंग वेलकम बैक टू अनदर व्लॉग। सो अज पूरे 5 बजे व्लॉग स्टार्ट कराते हैं, शाम के 5 बजे खप कराते हैं दोवें भरा पूरी। इन्हां ने पता किहड़ी खुशी च बट करते पए आ। मतलब अज व्लॉग भी काफ़ी लेट स्टार्ट होया ना, 5 बजे स्टार्ट किया व्लॉग। अज एक हैगा वा डैडी का, चरोमी का बड्डे, चरोमी यानी जैवी का डैडी, डैडी यानी मेरा डैडी, साढ़े चाच का डैडी का, दोवों का इको दिन ही होंगे। मतलब इको दिन नहीं सी बर्थ होया दोवों का, मतलब जिदा दो तीन साल के फासले बाद उस डेट में बड्डे से डैडी का, उस डेट में चरोमी का होया बर्थ। मतलब डेट सेम आ दोवों की। ढक्कन वो ढक्कन नीले रंग का हाँ टैंक जब भी फोन ना मेरा सड़ दी भरा कोई आ मेरे तो गाइस स्टिक थोड़ी लंबी कर लिए, तुहानू सस्ते ड्रोन शॉट्स दिखाने हैं। चाहे फोटो करानी गाइस, अपना सब्सक्राइबर आया फोटो करानी है उपर आया वो पौड़ियाँ लगे फोटो नहीं करानी है। जैवी का दोस्त आ, जैवी का नहीं मेरा भी दोस्त आ नवी है नाम। गाइज हुणे हुणे एक आइडिया आया टाइम लैप्स का, टाइम लैप्स का जिदा तुहानू पता होना कि आपां एक थां ते फोन टका के वीडियो बनाउणी आ तेज स्पीड विच, बननी नॉर्मल आ बट टाइम लैप्स विच तेज हो जांदी आ। मैं हमने हमने देखा खोल के हमने सू तो बहुत हासा आया, तुम्हें भी हासा आया, तो कमेंट ज हासे लिए मुझे भेजो। सब तो लास्ट वाला घंटा है जितने जैवी ने इदा बंद किया कैमरे में गया हाथ लाया ये नवी लवली घरे तो यह आया ही नहीं, यह ना बड़ा मूह जो कट के पर ना घर मैंने बुला मैं बुलाई मैं गाँ जा जा मूह का तो वट गया मैं मेरी मैं भी तू मैंने दस ही सकता सी भी किरण ने मैंने चाची ने आवाज मारी है ना मैं आवाज मारी तो करके ना हो गया। गए चलिए हम थले उतरते हैं ਨਹੀਂ ਤੇ ਉੱਪਰ ਜਾਣਾ ਤੂੰ ਆਪਣਾ ਸੋਚ ਤੂੰ ਕਾ ਜਾ ਕੇ ਥੱਲੇ ਇਹ ਲੈਣ ਕੇ ਰਹਿ ਜਾਈ ਕੇ ਰਹਿ ਕੋਟ ਪੈਂਟ ਪਾ ਕੇ ਫੇਰ ਉਤਰਨੇ ਪੱਠੇ ਚੱਲ ਤਿਆਰੀ ਪੂਰੀ ਕਰਕੇ ਪੂਰੀ ਜਿਹੜਾ ਕੋਈ ਆ ਵੀ ਹੋਊਗਾ ਨਾ ਉਹ ਗੱਲ ਪੱਠੇ ਉਤਰਤੇ ਆ। ਮੰਮੀ ਕੰਮ ਹਲੇ ਵੀ ਨਹੀਂ ਕੰਪਲੀਟ ਹੋਇਆ ਓਏ ਕਾਲ ਦੇ ਲੱਗੇ ਵੇ ਚਲੋ ਗਾਇਸ ਹਲੇ ਵੀ ਨਹੀਂ ਕੰਮ ਕੰਪਲੀਟ ਹੋਇਆ ਮੰਮੀ ਦਾ। ਗਾਇਸ ਆਪਣਾ ਸਾਈਕਲ ਖੜਾ ਹੈ ਜਿਹੜਾ ਪੁਰਾਣਾ ਤੁਸੀਂ ਮੇਰੇ ਤੁਹਾਨੂੰ ਦਿਖਾਇਆ ਸੀ ਇੱਕ ਵਲੌਗ 'ਚ, ਅੱਜ ਰਾਤਾਂ ਇਹਨੂੰ ਕਰਾ ਕੇ ਲਿਆਈਏ ਪੈਂਚਰ ਵਗੈਰਾ ਲਾਉਣ ਵਾਲੇ ਆ। ਗਾਇਸ ਇਹਨੂੰ ਕੱਢੀਏ ਬਾਹਰ ਤੇ ਕਰਾ ਕੇ ਲਿਆਉਂਦੇ ਆ, ਇਹਦੇ ਟਾਇਰ ਪੈਂਚਰ ਆ ਦੋਵੇਂ, ਪੈਂਚਰ ਲਵਾ ਕੇ ਲਿਆਉਂਦੇ ਇਹਨੂੰ ਚਲਾਇਆ ਕਰਾਂਗੇ। ਟਾਇਰ ਤਾਂ ਨਹੀਂ ਨਵੇਂ ਪਾਉਣੇ ਪੈਣੇ, ਟਾਇਰ ਨਵੇਂ ਥਾਰ ਵਾਲੇ ਪਾ ਲਈਏ ਇਹਨੂੰ ਆਹੋ ਚੱਲਣਾ ਹੀ ਨਹੀਂ, ਚੱਲ ਫਿਰ ਦਿਖਾਵਾਂ ਕੱਢ ਬਾਹਰ ਇਹਨੂੰ। ਹਾਂ ਦੇ ਆ ਵੀ ਇਹ ਵੀ ਨਿਕਲਿਆ, ਇਹ ਇੱਥੇ ਇੱਥੇ ਲੱਗਣਾ ਉਹ ਵੀ ਇਹਨੂੰ ਲਾ ਹੀ ਦੇ ਕਿਨੂੰ ਇਹਨੂੰ ਸੀਟ ਕਿਉਂ ਕੱਤ ਲਾ ਦੀ ਨਹੀਂ ਨਹੀਂ ਇਹਨੂੰ ਕਰਾ ਕੇ ਲਿਆਉਂਦੇ ਕਰਾਉਣ ਹੀ ਚੱਲੇ ਇਸੇ ਕੰਮ ਲਈ ਚੱਲੇ ਲੈ ਕੇ ਇਹਨੂੰ। ਗਾਇਜ਼ ਕਰਾ ਕੇ ਲਿਆਉਂਦੇ ਇਹਨੂੰ ਸੈੱਟ, ਮੈਂ ਜੈਵੀ ਅਤੇ ਨਵੀ ਜਾਵਾਂਗੇ ਨਾਲ ਮੋਟਰਸਾਈਕਲ 'ਤੇ ਜਾਣਾ ਲੈ ਕੇ ਆਉਂਦਿਆਂ ਚਲਾ ਕੇ ਲਿਆਵਾਂਗੇ। ਚੱਲ ਕੱਢ ਬਾਹਰ ਡੈਮੀ ਉੱਠ ਗਿਆ ਪਰਾਂ ਹੋਇਆ ਯਾਰ, ਆ ਜਾ ਆ ਜਾ ਇੱਧਰ ਪਰਾਂ ਨਹੀਂ ਹੋ ਟਾਇਰ ਵੱਜੇ ਹੀ ਉਹ ਵੱਜ ਗਿਆ ਪਿੱਛੇ ਆ ਇੱਥੇ ਖੜਾ ਹੋ ਗਿਆ ਹੱਥ ਪਾਈ ਨਵੀ ਦੇਖ ਲੈ ਮੇਰਾ ਭਰਾ ਜੇ ਫੜ ਕੇ ਬੈਠ ਜਾਏਗਾ ਤਾਂ ਆਣਾ ਰਿਸਕ ਨਹੀਂ ਲੈਣਾ ਕਿੱਦਾਂ ਜਾਣਾ ਬਣਾ ਹੋ ਜਾਣਾ ਨਾ ਕਿਹੋ ਮੈਂ ਛੱਡ ਵੀ ਮੋੜਾ ਗਾਇਸ ਆਪਾਂ ਚੱਲੇ ਆ ਚੱਕ ਲੈ ਫੋਨ ਨਾ ਛੱਡਦੀ ਜਾ ਕਾਫੀ ਮਜ਼ਾ ਆਉਂਦਾ ਪਿਆ ਮਜ਼ੇ ਤਾਂ ਬੜੇ ਲੈਂਦਾ ਗਾਇਸ ਦੁਕਾਨ ਤੇ ਆ ਗਏ ਪਿੰਡੋ ਸਾਈਕਲ ਲੈ ਕੇ ਗਾਇਸ ਸਾਈਕਲ ਆਪਾਂ ਇੱਥੇ ਛੱਡ ਕੇ ਚੱਲੇ ਆਪਾਂ ਦੁਕਾਨ ਤੇ ਚੰਗਾ ਤੇਰਾ
ਗਾਈ ਦੁਕਾਨ ਤੇ ਛੱਡ ਕੇ ਜਾਣਾ ਉਹ ਕੰਮ ਜ਼ਿਆਦਾ ਵਾ ਥੋੜਾ ਤੇ ਇਹਨਾਂ ਕੋਲ ਸਾਈਕਲ ਹੋਰ ਵੀ 3-4 ਖੜੇ ਪਏ ਉਹ ਕਹਿੰਦੇ ਕੱਲ ਨੂੰ ਆਇਓ ਹੁਣ ਕੱਲ ਨੂੰ ਦੁਪਹਿਰ ਨੂੰ ਕਹਿੰਦੇ ਜਦੋਂ ਮਰਜ਼ੀ ਆ ਕੇ ਲੈ ਜਿਓ ਗਾਈ ਇੱਕ ਹੋਰ ਦੁਕਾਨ ਤੇ ਆਏ ਸੀ ਆਪਾਂ ਥੋੜਾ ਜਿਹਾ ਕੰਮ ਵਾ ਜਿੱਦਾਂ ਕਿ ਘਰੇ ਥੋੜਾ ਸਮਾਨ ਚਾਹੀਦਾ ਘਰੇ ਕੰਮ ਕਰਾਉਣਾ ਥੋੜਾ ਜਿਹਾ ਰੇਤਾ ਬਜਰੀ ਦਾ ਪਤਾ ਕਰਨ ਆਏ ਆ ਹੋ ਗਿਆ ਕੰਮ ਆਪਣਾ ਪੇਮੈਂਟ ਕਰਤੀ ਆ ਰੇਤਾ ਤੇ ਬਜਰੀ ਕੱਲ ਪਹੁੰਚ ਜਾਣੀ ਆਪਣੇ ਘਰੇ ਗਾਈਜ਼ ਘਰ ਤੇ ਆ ਗਿਆ ਆਉਂਦਿਆਂ ਸਾਰੀ ਹੁਣ ਫਿਰ ਜਾਣਾ ਜਿੱਦਾਂ ਕਿ ਤੁਹਾਨੂੰ ਪਤਾ ਅੱਜ ਡੈਡੀ ਦਾ ਅਤੇ ਚਾਚੇ ਦਾ ਬਰਥਡੇ ਆ ਅਤੇ ਮੈਂ ਰਮਨ ਅਤੇ ਚਾਚੀ ਚੱਲੇ ਹਾਂ ਸੁਭਾਨਪੁਰੀ ਜਾਣਾ ਵਾ ਕੇਕ ਲੈ ਕੇ ਆਉਂਦੇ ਹਾਂ ਸੁਭਾਨਪੁਰੋਂ ਅਤੇ ਹਾਂ ਚੱਲਦੇ ਹਾਂ ਗਈ ਸਭ ਤੋਂ ਪਹਿਲਾਂ ਮੱਥਾ ਟੇਕ ਲਈਏ ਮੰਦਰ ਆਪਣੇ ਪਾਠ ਹੁੰਦਾ ਵਾ ਮੱਥਾ ਟੇਕ ਲਿਆ ਹੁਣ ਚੱਲਦੇ ਹਾਂ ਸੁਭਾਨਪੁਰ ਗਾਈਜ਼ ਆ ਗਏ ਬੇਕਿੰਗ ਦੇ ਦੇਖ ਰਮਨ ਹੁਣ ਕਿਹੜਾ ਨਾ ਨਵਾਂ ਠੀਕ ਆ ਰਲੀਏ ਭਾਈ ਆਹ ਕਰ ਦਿਓ ਗਾਈਜ਼ ਕੇਕ ਲੈ ਲਿਆ ਅਤੇ ਹੁਣ ਥੋੜ੍ਹਾ ਜਿਹਾ ਸਮਾਨ ਲੈਣਾ ਦੂਸਰਾ ਘਰ ਵਾਲਾ ਚਾਚੀ ਨੇ ਲੈ ਕੇ ਫਿਰ ਚਲੀਏ ਘਰੇ ਗਾਈਜ਼ ਲੈ ਲਿਆ ਸਮਾਨ ਦੂਸਰਾ ਵੀ ਜੈਵੀ ਬੁੱਲ ਵੀ ਆ ਗਿਆ ਗਾਈਜ਼ ਘਰੇ ਆ ਗਏ ਹਾਂ ਅਤੇ ਹੁਣ ਭੁੱਖ ਲੱਗ ਗਈ ਆ ਪਹਿਲਾਂ ਤਾਂ ਰੋਟੀ ਖਾ ਲਈਏ ਕਰੇਲੇ ਬਣਾਏ ਹੋਏ ਅੱਜ ਮੰਮੀ ਨੇ ਭਰ ਕੇ ਰੋਟੀ ਖਾਂਦੇ ਹਾਂ ਗਾਈਜ਼ ਰੋਟੀ ਖਾ ਲਾਂ ਕਰੇਲੇ ਆਪਣੇ ਇੱਧਰ ਅਤੇ ਨਾਲ ਜੈਵ ਭਾਊ ਰੋਟੀ ਖਾ ਲਈ ਆਪਾਂ ਫਿਰ ਚੱਲਦੇ ਹਾਂ ਉੱਧਰ ਗਾਈਜ਼ ਆ ਗਏ ਸਾਰੇ ਜਣੇ ਚਾਚੇ ਰੋਮੀ ਘਰੇ ਜਾਣੀ ਕਿ ਜੈਵੀ ਘਰੇ ਉਹਨਾਂ ਦਾ ਅੰਦਰ ਆ ਗਏ ਖਰਾਬ ਨਿਕਲੀ ਇਹ ਯਾਰ ਜੱਪ ਦਾ ਮੁੰਡਾ ਪੈ ਗਈ ਤੇ ਕਿਰਨ ਦਾ ਮੂੰਹ ਸੜਦਾ ਮਸੀਂ ਖਰਾਬ ਹੋਇਆ ਵਾ ਯਾਰ ਇਹ ਯੂਜ਼ ਕਰਨੀ ਆ ਦੇਖ ਚਾਹ ਕੇ ਉਹ ਖਰਾਬ ਸੀਗੀ ਇਹ ਤੇ ਨੁਕਸਾਨ ਕਰ ਦੇਣਾ ਸੀ ਨਹੀਂ ਕਾਫੀ ਅੱਜ ਹੋ ਗਿਆ ਜ਼ਿਆਦਾ ਖੱਪ ਹੁੰਦੀ ਸਿਰਫ ਦੋ ਜਣੇ ਦੀ ਕਮੀ ਆ ਚਾਚਾ ਜੀ ਅੰਦਰ ਅਤੇ ਚਾਚੀ ਅਮਨ ਜੋ ਕਿ ਬਬਲੂ ਦੇ ਮੰਮੀ ਡੈਡੀ ਜੋ ਕਿ ਇੱਥੇ ਹੈ ਨਹੀਂ ਕਿ ਗਏ ਹੋਏ ਆ ਉਹਨਾਂ ਕੋਈ ਰਿਸ਼ਤੇਦਾਰ ਆ ਹੋਸਪਿਟਲ ਐਡਮਿਟ ਆ ਉਹਨਾਂ ਦੇ ਕੋਲ ਗਏ ਆ ਕੱਲ੍ਹ ਉਹਨਾਂ ਨੇ ਉਹ ਹੈ ਨਹੀਂ ਹੈ ਬਾਕੀ ਸਾਰੀ ਫੈਮਿਲੀ ਇੱਥੇ ਆਪਣੇ ਅਤੇ ਕਾਫੀ ਖੱਪ ਹੁੰਦੀ ਆ ਬੀਬੀ ਵੀ ਨਹੀਂ ਆਈ ਬੀਬੀ ਵੀ ਉੱਧਰ ਬੀਬੀ ਸੁੱਤੇ ਪਏ ਆ ਅਤੇ ਪਾਪਾ ਆਏ ਹੋਏ ਆਪਾਂ 15 ਖਬਰਾਂ ਦੇਖਦੇ ਵੀ ਮੈਂ ਬਾਹਰ ਰੌਲਾ ਬਹੁਤ ਪਾਉਂਦਾ ਮੈਂ ਤੁਹਾਨੂੰ ਕਰਦਾ ਅਤੇ ਇੰਜੋਇਮੈਂਟ ਕਰੀਏ ਕੇਕ ਵਗੈਰਾ ਖਾ ਲਈਏ ਫਿਰ ਮਿਲਦਾ ਮੈਂ ਗਏ ਸ਼ਾਮ ਤੋਂ ਹੋ ਸਾਰੇ ਨੇ ਸ਼ਾਪਿੰਗ ਦੀ ਵਾਰੀ ਕਰਨ ਹੁਣ ਬੈਠ ਗਿਆ ਗਾਈਜ਼ ਘਰੇ ਆ ਗਿਆ ਸਾਰਿਆਂ ਨੇ ਮੈਂ ਮੰਮੀ ਰਮਨ ਡੈਡੀ ਵਿਮਲ ਸਾਰੇ ਘਰੇ ਆ ਗਿਆ ਵਿਮਲ ਬਾਹਰ ਆ ਮੰਮੀ ਵੀ ਵਿਮਲ ਬਾਹਰ ਹੀ ਪੈ ਗਿਆ ਉੱਥੇ ਗਰਮੀ ਸਟਾਰਟ ਹੋ ਗਈ ਹੈ ਨਾ ਹੁਣ ਉਹ ਬਾਹਰ ਹੀ ਪੈਂਦਾ ਵਾ ਬਾਹਰ ਦੂਸਰੇ ਪੱਖੇ ਲੱਗੇ ਹੋਏ ਨਾ ਦੋ ਤੇ ਉੱਥੇ ਪੈਣ ਦਾ ਬਾਹਰ ਮੰਜੜਾ ਆ ਗਏ ਮੈਂ ਅੰਦਰ ਹੀ ਪੈਂਦਾ ਨਾ ਇਕੱਲਾ ਵਲੋਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਚੈਨਲ ਨਵਿਆਂ ਦੇ ਮਿਲਦੇ ਹਾਂ ਗਾਈਜ਼ ਕੱਲ੍ਹ ਨੂੰ ਨਵੇਂ ਵਲੋਗ 'ਚ ਬਾਏ ਬਾਏ।